ਆ ਵੀ ਚਲਾਉਂਦੇ ਆਪਾਂ ਇਹ ਵੀਡੀਓ ਚਲਾਉਣੀ ਇਸ ਕਰਕੇ ਜ਼ਰੂਰੀ ਹੋ ਗਈ ਕਿਉਂਕਿ ਪਿੱਛੇ ਜੇ ਸਾਡੇ ਨਿਊਜ਼ੀਲੈਂਡ ਵਾਲੇ ਚਾਪਲੂਸਾਂ ਨੇ ਪੰਥਪ੍ਰੀਤ ਸਰਿਆਂ ਦੇ ਧੁੰਦੇ ਹਰਿਆਂ ਦੇ ਹੁਣ ਪੰਥਪ੍ਰੀਤ ਸਿੰਘ ਸਰਿਆਂ ਦੇ ਹੱਕ ਦੇ ਵਿਚ ਭੁਗਤਦੇ ਤੇ ਆਪਣੇ ਸਾਡੇ ਵਿਰੋਧ ਚ ਜਾਂਦੇ ਜਾਂਦੇ ਉਹ ਭਾਈ ਰਣਜੀਤ ਸਿੰਘ ਦੇ ਵਿਰੋਧ ਚ ਹੁੰਦੇ ਹੁੰਦੇ ਇਹ ਭੁੱਲੀ ਗਈ ਵੀ ਸਮੁੱਚਤਾ ਵੀ ਕੋਈ ਚੀਜ਼ ਹੁੰਦੀ ਹੈ ਸਟੇਟਮੈਂਟਾਂ ਉਹ ਦੇਣ ਜਿਹਦੇ ਤੇ ਉਹ ਆਪ ਖਰੇ ਉਤਰ ਸਕਦੇ ਆ ਉਨ੍ਹਾਂ ਬੰਦਿਆਂ ਨੇ ਇਹ ਸਟੇਟਮੈਂਟ ਦਿੱਤੀ ਸੀਗੀ ਵੀ ਭਾਈ ਰਣਜੀਤ ਸਿੰਘ ਨੇ ਆਪਣੇ ਸੰਸਥਾ ਵਾਸਤੇ ਦਸਵੰਧ ਦੀ ਜਿਹੜੀ ਹੈ ਉਹ ਅਪੀਲ ਕੀਤੀ ਹੈ ਤਾਂ ਬੈਂਕ ਅਕਾਊਂਟ ਨੰਬਰ ਜਿਹੜੇ ਹੈ ਉਹ ਅਸੀਂ ਜਿਹੜੇ ਹੈ ਫੇਸਬੁੱਕ ਤੇ ਪਾਏ ਸੀਗੇ ਸਾਰੇ ਪਾਸੇ ਸਰਕੂਲੇਟ ਵੀ ਕੀਤੇ ਗਏ ਆ ਵੀ ਭਾਈ ਜੇ ਕੋਈ ਬੰਦਾ ਕੌਮ ਵਾਸਤੇ ਕਾਰਜ ਕਰ ਰਿਹਾ ਏਡੀ ਵੱਡੀ ਸੰਸਥਾ ਖੜੀ ਹੈ ਤੇ ਸੰਸਥਾ ਦੇ ਵਿਚ ਸੰਸਥਾ ਨੂੰ ਚਲਾਉਣ ਵਾਸਤੇ ਉੱਥੇ ਹੁਣ 100 ਬੰਦਾ ਕੰਮ ਕਰਦਾ ਉਨ੍ਹਾਂ ਦੀ ਤਨਖਾਹਾਂ ਬਿਜਲੀ ਪਾਣੀ ਦੇ ਬਿੱਲ ਸਭ ਨੂੰ ਪਤਾ ਸੀ ਚਲਾਉਣੇ ਸੰਸਥਾ ਇੱਥੇ ਏਦਾਂ ਚੱਲੂਗੀ ਕਿੱਦਾਂ ਹੁਣ ਉਸ ਸੰਸਥਾ ਨੂੰ ਚਲਾਉਣ ਵਾਸਤੇ ਸਾਨੂੰ ਸਾਥ ਦੇਣ ਦੀ ਜ਼ਰੂਰਤ ਹੈ ਕੋਈ ਗੱਲ ਹੋਈ ਸੀਗੀ ਇਸ ਗੱਲ ਦਾ ਇਹਨਾਂ ਬੰਦਿਆਂ ਨੇ ਇਸ਼ੂ ਬਣਾਇਆ ਵੀ ਇਹ ਜਿਹੜੀ ਹੈ ਨਾ ਧਰਮ ਦੇ ਵਿਚ ਠੱਗੀ ਹੈ ਇੱਕ ਤਰ੍ਹਾਂ ਦੀ ਸਾਡੇ ਨਿਊਜ਼ੀਲੈਂਡ ਵਾਲੇ ਪੰਥਪ੍ਰੀਤ ਦੇ ਚਾਪਲੂਸ ਕਹਿੰਦੇ ਆ ਵੀ ਇਹ ਜਿਹੜੀ ਹੈ ਨਾ ਧਰਮ ਦੇ ਵਿਚ ਠੱਗੀ ਹੈ ਮੰਗ ਕੇ ਪੈਸਾ ਲੈਣਾ ਵੀ ਸਾਡਾ ਕੋਈ ਸਿਧਾਂਤ ਨੀ ਇਹ ਕਹਿੰਦੇ ਕੌਮ ਦਾ ਸਾਡਾ ਸਿੱਖੀ ਦਾ ਕੋਈ ਸਿਧਾਂਤ ਨੀ ਮੰਗ ਕੇ ਪੈਸਾ ਲੈਣਾ ਜਿਹੜਾ ਬਾਜੇ ਤੇ ਰੱਖ ਗਿਆ ਪੈਸੇ ਉਹ ਠੀਕ ਹੈ ਉਹ ਪ੍ਰੇਮ ਭੇਟਾ ਸ਼ਬਦ ਭੇਟਾ ਪ੍ਰੇਮ ਭੇਟਾ ਸ਼ਬਦ ਭੇਟਾ ਕਹਿ ਦਿੰਦੇ ਕੁਛ ਇੱਦਾਂ ਉਹ ਭੇਟਾ ਉਹ ਕੋਈ ਗੱਲ ਨੀ ਉਹ ਪੱਲੀ ਚ ਬੰਨ ਕੇ ਲੈ ਜਾਓ ਤੁਸੀਂ ਉਹਦੇ ਕੋਈ ਚੱਕਰ ਨੀ ਗਾ ਤੇਲ ਦੇ ਨਾਂ ਦੇ ਉੱਤੇ ਜਿੰਨੇ ਮਰਜ਼ੀ ਤੁਸੀਂ ਲੈ ਸਕਦੇ ਹੋ ਹੁਣ ਪੰਥਪ੍ਰੀਤ ਸਿੰਘ ਜਦੋਂ ਤੱਕ ਪੰਜਾਬ ਜਾਂਦੇ ਆ ਉਹ ਤੇਲ ਦੇ ਪੈਸੇ ਉਸ ਹਿਸਾਬ ਨਾਲ ਲੈਂਦੇ ਆ ਜਦੋਂ ਜਰਮਨ ਇੱਦਾਂ ਜਾਂਦੇ ਆ ਫਿਰ ਕਿਉਂ ਜਹਾਜ਼ ਦਾ ਤੇਲ ਲੈਣਾ ਨਾ ਹੁਣ ਗੱਡੀ ਤੇਲ ਪੀਂਦੀ ਕਿਤੇ ਜਹਾਜ਼ ਕਿੰਨਾ ਤੇਲ ਪੀਂਦਾ ਪਤਾ ਉਹ ਪੀਂਦਾ ਹੁਣ 32-30 ਹਜ਼ਾਰ ਯੂਰੋ ਲੈ ਕੇ ਆਏ ਆ ਜਰਮਨ ਗਮਲਾ ਜਿਹੜਾ ਖਾਧਾ ਉਸ ਫੇਰੀ ਚ ਉਹ 33,000 ਯੂਰੋ ਵੀਰ ਨੇ ਦੱਸਿਆ ਇੱਕ ਨੇ ਵੀ ਤਿੰਨਾਂ ਕੰਟਰੀਆਂ ਦਾ ਰਲਾ ਕੇ ਉਹਨਾਂ ਨੇ ਪੂਰਾ ਪ੍ਰਬੰਧ ਕਰਨ ਪਤਾ ਕੀਤਾ ਹੋਣਾ ਚਲੋ 33-30 ਲਾ ਲਓ ਰਾਊਂਡ ਫਿਗਰ ਯਾਰ 30,000 ਯੂਰੋ ਜਹਾਜ਼ ਦਾ ਪੂਰਾ ਤੇਲ ਲੈ ਕੇ ਆਏ ਆ ਉਹ ਕਹਿੰਦੇ ਉਹ ਲੈ ਆਉਣ ਕੋਈ ਗੱਲ ਨੀ ਪਰ ਮੰਗ ਕੇ ਨੀ ਪੈਸਾ ਇਹ ਸਿਧਾਂਤ ਦਿੱਤਾ ਉਹਨਾਂ ਨੇ ਕੌਮ ਦਾ ਪਰ ਇਹ ਭੁੱਲ ਗਏ ਇਹ ਬੰਦੇ ਵੀ ਜਿਨ੍ਹਾਂ ਦੇ ਤੁਸੀਂ ਸਿਰ ਤੇ ਚੜ ਕੇ ਬੋਲ ਰਹੇ ਹੋ ਨਾ ਉਹ ਤਾਂ ਵਿਚਾਰੇ ਮੰਗ ਖਾਣੇ ਦਾ ਆਪ ਆ ਉਹ ਤੁਸੀਂ ਇਹ ਕਿੱਦਾਂ ਅੰਦਾਜ਼ਾ ਲਾ ਲਿਆ ਵੀ ਪੰਥਪ੍ਰੀਤ ਨੇ ਕਦੇ ਪੈਸੇ ਨੀ ਮੰਗੇ ਹੋਣਗੇ ਉਹ ਪੰਥਪ੍ਰੀਤ ਦੀਆਂ ਫਿਰ ਵਡਿਆਈਆਂ ਕਰਨ ਭਾਈ ਸਾਹਿਬ ਜੀ ਭਾਈ ਪੰਥਪ੍ਰੀਤ ਸਿੰਘ ਤਾਂ ਜਾਕਟ ਵੀ ਨੀ ਬਦਲੀ 3 ਸਾਲਾਂ ਵੀ ਕੌਮ ਦਾ ਪੈਸਾ ਵਿਅਰਥ ਨਾ ਹੋਵੇ ਯਾਰ ਕੌਮ ਦਾ ਪੈਸਾ ਵਿਅਰਥ ਕਿੱਦਾਂ ਨਾ ਹੋਵੇ ਮਤਲਬ ਮੰਗ ਕੇ ਪਾਉਣੀ ਜਾਕਟ ਹਮੇਸ਼ਾ ਕੌਮ ਤੋਂ ਮੰਗਣੀ ਹੈ ਕਦੇ ਆਪਣੇ ਪੈਸਿਆਂ ਦੀ ਵੀ ਲੈ ਲੇ ਕੋਈ ਬੰਦਾ ਹੁਣ ਜਿਹੜੀ ਜਾਕਟ ਪੰਥਪ੍ਰੀਤ ਨੇ ਪਾਈ ਹੈ ਇੱਥੇ ਸਟਾਂਪ ਤੇ ਲਿਖਾ ਲਓ ਮੇਰੇ ਤੋਂ ਪੇਪਰ ਤੇ ਮੈਂ ਲਿਖ ਕੇ ਦੇ ਦਿੰਦਾ ਵੀ ਪੰਥਪ੍ਰੀਤ ਨੇ ਆਪ ਨੀ ਖਰੀਦੀ ਉਹ ਕਿਸੇ ਨੇ ਦਿੱਤੀ ਹੋਣੀ ਆ ਉਹ ਲੈ ਕੇ ਕਿਸੇ ਨੇ ਮਤਲਬ ਹੁਣ ਜੇ ਪੰਥਪ੍ਰੀਤ ਹੋਰ ਜਾਕਟ ਪਾਉਣੀ ਮੰਗਦਾ ਚਾਹੁੰਦਾ ਹੈ ਤੇ ਖਰੀਦ ਲਿਆ ਆਪ ਜਾ ਕੇ ਹੁਣ ਕੌਮ ਦੇ ਪੈਸੇ ਦੀ ਗੱਲ ਫਿਕਰ ਰਹਿੰਦੀ ਹੈ ਮੰਨ ਲਓ ਜੇ ਮੈਂ ਆ ਮੈਨੂੰ ਏਦਾਂ ਮੈਂ ਕੱਪੜੇ ਪਾਉਣਾ ਮੈਨੂੰ ਹੁਣ ਏਦਾਂ ਕੰਮ ਤੇ ਜਾਣਾ ਘਰੇ ਵੀ ਗੁਰਦੁਆਰੇ ਵੀ ਆਉਣਾ ਵਿਆਹ ਸ਼ਾਦੀ ਵੀ ਜਾਣਾ ਕੱਪੜੇ ਨਵੇਂ ਚਾਹੀਦੇ ਨਵੀਆਂ ਪੱਗਾਂ ਚਾਹੀਦੀਆਂ ਹੁਣ ਮੈਂ ਕਹਾਂ ਵੀ ਮੈਂ ਨੀ ਵੀ ਪੱਗਾਂ ਲੈਣੀਆਂ ਹੋਰ ਵੀ ਕੌਮ ਦਾ ਪੈਸਾ ਬਰਬਾਦ ਹੋਊਗਾ ਅਗਲਾ ਕਹੂਗਾ ਤੂੰ ਕਮਾਉਣਾ ਪੈਸੇ ਖਰੀਦ ਲਾ ਤੂੰ ਕੌਮ ਤੋਂ ਕਾਹਤੇ ਲੈਣੇ ਆ ਤੂੰ ਆਸ ਕਾਹਤੇ ਲਾਉਣਾ ਤੈਨੂੰ ਕੌਮ ਪੱਗਾਂ ਲੈ ਕੇ ਦੇਵੇ ਮੰਨ ਲਓ ਕੋਈ ਇੱਕ ਸੂਟ ਮੰਨ ਲਓ ਕੋਈ ਗਿਫਟ ਕਰਦੇ ਸਾਨੂੰ ਇੱਕ ਸੂਟ ਸਾਨੂੰ ਗਿਫਟ ਕਰਦੇ ਇੰਡੀਆ ਤੋਂ ਰੇਡੀਓ ਵਾਲੇ ਚੱਲੇ ਵਿਚਾਰੇ ਇੰਨਾ ਕੰਮ ਕਰਦੇ ਆ ਇਹਨਾਂ ਨੂੰ ਕੁੜਤਾ ਪਜਾਮਾ ਦੇ ਦਈਏ ਇੱਕ ਕੁੜਤਾ ਪਜਾਮਾ ਤੇ ਇੱਕ ਪੱਗ ਦੇ ਦੇ ਸਾਨੂੰ ਕੋਈ ਹੁਣ ਅਸੀਂ ਉਹੀ ਪਾ ਕੇ ਤੁਰੇ ਫਿਰੀਏ ਅਸੀਂ ਕਹੀਏ ਵੀ ਯਾਰ ਹੁਣ ਹੋਰ ਨਹੀਂ ਲੈਣੀ ਗੀ ਕੌਮ ਦਾ ਪੈਸਾ ਬਰਬਾਦ ਨਹੀਂ ਕਰਨਾ ਅਗਲਾ ਸਾਨੂੰ ਕਹੂਗਾ ਨਾ ਵੀ ਮੂਰਖੋ ਆਪਦੇ ਪੈਸੇ ਦੀ ਲੈ ਲਓ ਹਰੇਕ ਵਾਰ ਸੁੱਖਿਆ ਹੀ ਮੰਗ ਕੇ ਪਾਉਣੀ ਹੈ ਬਿਲਕੁਲ ਚਲੋ ਦੂਸਰੀ ਗੱਲ ਨਾ ਮੈਂ ਤੁਹਾਡੀ ਗੱਲ ਤੇ ਥੋੜਾ ਜਿਹਾ ਅਪੋਜਿਟ ਜਾ ਕੇ ਵੀ ਮੰਨ ਲਓ ਵੀ ਪੰਥਪ੍ਰੀਤ ਨੇ ਚਲੋ ਜਿਹੜੇ ਬਾਜੇ ਦੇ ਪੈਸੇ ਇਹ ਕਹਿੰਦੇ ਵੀ ਕੌਮ ਦਾ ਪੈਸਾ ਬਰਬਾਦ ਨਹੀਂ ਪੰਥਪ੍ਰੀਤ ਕਰਨਾ ਚਾਹੁੰਦਾ ਵੀ ਬਾਜੇ ਦੇ ਪੈਸੇ ਇਕੱਠੇ ਹੁੰਦੇ ਆ ਪੰਥਪ੍ਰੀਤ ਨੇ ਉਹਨਾਂ ਪੈਸਿਆਂ ਦੇ ਨਾਲ ਜੈਕਟ ਲੈ ਲਈ ਵੀ ਪੰਥਪ੍ਰੀਤ ਨੇ ਵੀ ਹੋਰ ਨੀ ਲੈਣੀ ਕਿਉਂਕਿ ਉਹ ਪੈਸਾ ਜਿਹੜਾ ਸਾਰਾ ਪੈਸਾ ਸਾਰਾ ਕੌਮ ਦਾ ਆ ਤਾਂ ਕਰਕੇ ਵੀ ਮੈਂ ਉਹ ਪੈਸਾ ਨੀ ਲਾਉਣਾਗਾ ਵੀ ਜੈਕਟ ਨੀ ਖਰੀਦਣੀ ਉਹ ਭਲਿਓ ਲੋਕੋ ਅਸੀਂ ਪੰਥਪ੍ਰੀਤ ਦੇ ਨਾਲ ਬਹੁਤ ਟਾਈਮ ਰਹੇ ਆ ਜਸਵਿੰਦਰ ਨਾ ਜਦੋਂ ਢੋਲਕੀ ਲੈ ਕੇ ਆਉਂਦਾ ਢੋਲਕੀ ਦੇ ਉੱਤੇ ਜਿਹੜੇ ਵਜਾਉਣ ਵਾਲੇ ਹੁੰਦੇ ਜਿੱਥੇ ਚਮੜਾ ਲੱਗਿਆ ਹੁੰਦਾ ਪੂਲੇ ਹੁੰਦੇ ਜਿਹੜੇ ਉਹ ਦੋ ਨਾਲ ਪੁਰਾਣੇ ਲੈ ਕੇ ਆਉਂਦਾ ਮਤਲਬ ਜਦੋਂ ਬਾਹਰਲੇ ਟੂਰਾਂ ਤੇ ਆਉਂਦਾ ਦੋ ਪੁਰਾਣੇ ਲੈ ਕੇ ਆਉਣੇ ਆ ਇੱਥੋਂ ਜਦੋਂ ਜਾਣਾ ਉਹ ਪੁੜੇ ਖੋਲ ਕੇ ਅੰਦਰੋਂ ਖੜੋਣਿਆਂ ਦੀ ਭਰ ਕੇ ਲਿਜਾਂਦਾ ਵੀ ਆਹ ਮੇਰੇ ਭੂਆ ਦੇ ਮੁੰਡੇ ਖਾਤਰ ਆਹ ਮੇਰੇ ਬ੍ਰਹਮਜੀਤ ਖਾਤਰ ਆਹ ਫਲਾਨੇ ਖਾਤਰ
ਢੋਲਕੀ ਨੂੰ ਉਹ ਬਾਜੇ ਦੇ ਪੈਸਿਆਂ ਨਾਲ ਢੋਲਕੀ ਨੂੰ ਅੰਦਰੋਂ ਭਰ ਕੇ ਪੁਰਾਣੇ ਪੁੜੇ ਪਾ ਕੇ ਲੈ ਕੇ ਜਾਂਦਾ ਆ। ਇਹ ਕਹਿੰਦੇ ਵੀ ਕੌਮ ਦਾ ਪੈਸਾ ਨੀ ਪੰਥਪ੍ਰੀਤ ਨੇ ਖਰਾਬ ਕਰਨਾ ਵੀ ਜੈਕਟ ਲੈ ਕੇ। ਮੈਂ ਗਿਆ ਉਹਨਾਂ ਨੇ ਲੈ ਬਣੀ $600 ਦੇ ਖਿਡੌਣੇ ਖਰੀਦੇ ਉਹਨਾਂ ਨੇ, ਆ ਕੇ ਢੋਲਕੀ ਭਰ ਲਈ ਉਹਨੇ ਸਾਰੀ ਵੀ ਜਾ ਕੇ ਮੈਂ ਲੈ ਕੇ ਜਾਣੇ ਆ ਕੌਮ ਦੇ ਪੈਸੇ। ਮਤਲਬ ਢੋਲਕੀ ਚ ਵੀ ਤਾਂ ਪਾਏ ਆ ਕਿਉਂਕਿ ਢੋਲਕੀ ਦਾ ਵੇਟ ਜਿਹੜਾ ਨਾ ਬਾਜੇ ਢੋਲਕੀ ਦਾ ਵੇਟ ਏਅਰਲਾਈਨ ਵਾਲੇ ਕਾਊਂਟ ਨੀ ਕਰਦੇ। ਜਿਹੜਾ ਸੂਟਕੇਸ ਦੇ ਕਾਊਂਟ ਜਿਹੜਾ ਮੰਨ ਲਓ 30 ਕਿਲੋ ਲਾਓ ਹੈ, 30 ਕਿਲੋ ਪਲੱਸ ਹੈਂਡ ਬੈਗ ਪਲੱਸ ਤੁਹਾਡੇ ਬਾਜੇ ਦੇ ਬਾਜੇ ਢੋਲਕੀ। ਹੁਣ ਪਹਿਲਾਂ ਹੈਂਡ ਬੈਗ ਸਮਝ ਲਓ ਕਿੰਨਾ ਤੁੰਨਿਆ ਹੋਊਗਾ, ਜਿਹੜੇ ਬੰਦੇ ਨੇ ਢੋਲਕੀ ਵੀ ਤੁਹਾਨੂੰ ਰੱਖੀ ਹੈ ਖੋਲ ਕੇ ਵਿਚਾਲੋ, ਹੁਣ ਅਸੀਂ ਤਾਂ ਕਹਿੰਦੇ ਸੀ ਕਾਹਨੂੰ ਦੱਸਣੀ ਕਰਤੂਤਾਂ ਯਾਰ, ਪੁੱਛ ਲਿਓ ਤੁਸੀਂ ਜਿੱਥੇ ਜਿੱਥੇ ਜਾਂਦੇ ਆ ਜਾਂ ਇੰਡੀਆ ਜਿਹੜੇ ਬੰਦੇ ਲੈਣ ਗਏ ਢੋਲਕੀ ਚੱਕ ਕੇ ਦੇਖਿਓ, ਆਮ ਢੋਲਕੀ ਨਾਲ 10 ਗੁਣਾ ਭਾਰੀ ਹੁੰਦੀ ਹੈ। ਢੋਲਕੀ ਨੂੰ ਸਾਨੂੰ ਹੱਥ ਨੀ ਲਾਉਣ ਦੇਣਾ ਉਸ ਬੰਦੇ ਨੇ, ਉਹਨੇ ਕਹਿੰਦਾ ਨਾ ਛੂਟ ਕੇ ਚੱਕ ਲਓ ਢੋਲਕੀ ਤਾਂ ਮੈਂ ਆਪੇ ਚੱਕੂ। ਗੱਲਾਂ ਕਰਦੇ ਹੀ ਪੰਥਪ੍ਰੀਤ ਨੇ ਕੌਮ ਦਾ ਪੈਸਾ ਨੀ ਖਾਧਾ। ਹੁਣ ਇਹ ਗੱਲਾਂ ਜਿਹੜੀਆਂ ਹੈਗੀਆਂ ਇਹਨਾਂ ਗੱਲਾਂ ਦੇ ਜਵਾਬ ਦੇਣੇ ਪੈਣੇ ਨਾ ਬੰਦੇ ਨੇ, ਤਾਂ ਥੋੜੀ ਸਰ ਜਾਣਾ ਜੰਪ ਕਰ ਜਾਣਾ ਇਹਨਾਂ ਨੇ, ਤਾਂ ਇਹਨਾਂ ਚਾਪਲੂਸਾਂ ਦਾ ਕੀ ਜਾਣਾ ਆ, ਇਹਨਾਂ ਨੇ ਹੋਰ ਹੀ ਪ੍ਰੋਗਰਾਮ ਕਰ ਲੈਣਾ ਆ ਵੀ ਹੁਣ ਕਰਕੇ ਵੀ ਗੁਰੂ ਗੋਬਿੰਦ ਸਿੰਘ ਦੀ ਜੀ ਗੁਰਪੁਰਬ ਆਉਣਾ ਆ, ਉਹਦੇ ਤੇ ਗੁਰੂ ਸਾਹਿਬ ਦੀ ਨਿਸ਼ਾਨੀ ਇਦਾਂ ਕਰਕੇ ਕੁਛ, ਬਸ ਗੱਲ ਖਤਮ। 0107 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ। ਹੋਰ ਖਾਲਸਾ ਫਤਿਹ ਜੀ। ਹਾਂਜੀ ਗੁਰੂ ਫਤਿਹ ਜੀ। ਵੀਰ ਮੈਨੂੰ ਨੀ ਪਤਾ ਵੀ ਕਿੰਨੇ ਜੈਕਟ ਲੈ ਕੇ ਦਿੱਤੀ ਆ ਭਾਈ ਪੰਥਪ੍ਰੀਤ ਸਿੰਘ ਨੂੰ, ਪਰ ਲਾਈਕ ਡਰੈਕਲੀਨ ਵਾਲੇ ਪੈਸੇ ਆਪਣੇ ਜਿਹੜੇ ਇੱਥੇ ਸੀਗੇ ਇਹ ਦਿੰਦੇ ਆ ਜਾਂ ਉਹ ਬੀਬੀ ਜੋ ਪੰਥਪ੍ਰੀਤ ਵਾਲੀ ਹੈਗੀ ਉਹ ਥਾਪੀ ਨਾ ਆਪ ਕੁੱਟ ਕੇ? ਨਹੀਂ ਨਹੀਂ ਏਦਾਂ ਨੀ, ਉਹ ਕਹਿੰਦੇ ਵੀ ਜਿਹੜੀ ਇਹ ਡਰੈਕਲੀਨ ਜਿਹੜਾ ਜਰਮਨ ਦੀ ਹੋਈ ਮੰਨ ਲਓ, ਫਿਰ ਉਹ ਕਹਿੰਦੇ ਵੀ ਇਹ ਜਰਮਨ ਚੋ ਹੀ ਹੋਊਗੀ ਡਰੈਕਲੀਨ, ਇੰਡੀਆ ਦੀ ਮਸ਼ੀਨਾਂ ਚ ਨੀ। ਜਿੱਦਾਂ ਕਈ ਵਾਰ ਹੁੰਦਾ ਨੀ ਗਾ ਵੀ ਇਹ ਕੱਪੜਾ ਬਾਹਰਲਾ ਤੇ ਬਾਹਰੋਂ ਹੀ ਡਰੈਕਲੀਨ ਹੋਣਾ ਇਹਨੇ, ਫੇਰੀ ਦੇ ਹਿਸਾਬ ਨਾਲ ਹੋ ਜਾਂਦਾ। ਹਾਂ ਫਿਰ ਉਸ ਹਿਸਾਬ ਨਾਲ ਰੱਖਦੇ ਆ ਨਾ ਉਹ, ਇੰਡੀਆ ਦੇ ਵਿੱਚ ਤਾਂ ਏਡੀ ਭਾਰੀ ਪਾਉਣ ਦੀ ਲੋੜ ਨੀ ਪੈਂਦੀ ਬਹੁਤੀ ਉਹਨਾਂ ਨੂੰ, ਤੇ ਜਦੋਂ ਬਾਹਰ ਅੰਦਰ ਜਾਂਦੇ ਆ ਉਦਾਂ ਭਗਤ ਹੁੰਦੇ ਆ ਨਾ ਉਹ ਕਰਾ ਦਿੰਦੇ ਆ ਉਹ। ਠੀਕ ਆ, ਏਡੀ ਭਾਰੀ ਧੋਂਦੇ ਵੀ ਉੱਥੇ ਹੋਣੀ ਜਿੱਥੇ ਗੁਰਦੁਆਰੇ ਟਾਟ ਧੋਂਦੇ। ਹਾਂ 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 ਬਸ 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 ਇਹਨਾਂ ਬੰਦਿਆਂ ਨੂੰ ਹੁਣ ਇਹਨਾਂ ਗੱਲਾਂ ਦੇ ਨਾਲ ਇਹਨੂੰ ਕੌਮ ਦੇ ਕਾਰਜ ਗਿਣਦੇ ਆ ਉਹ, ਕਿ ਜਾਕਟ ਨੀ ਬਦਲਦੇ ਜਾਂ ਧੋਂਦੇ ਨੀ ਉਹਨੂੰ ਜਾਂ ਧਵਾਉਂਦੇ ਨੀ, ਇਦਾਂ ਕਰਕੇ ਕੋਈ ਇਹ ਕੌਮੀ ਕਾਰਜ ਹੈ ਯਾਰ? ਕੋਈ ਬੰਦਾ ਸਾਡਾ ਪ੍ਰਚਾਰਕ ਆ, ਬੰਦਾ ਠੰਡਾ ਹੋਣਾ ਚਾਹੀਦਾ, ਜਾਕਟਾਂ ਭਾਵਾਂ ਚਾਰ ਬਦਲੇ ਉਹ ਧੁੰਦਾ ਕਿੰਨੀਆਂ ਜਾਕਟਾਂ ਬਦਲਦਾ, ਅਸੀਂ ਕਦੋਂ ਕਿਹਾ ਧੁੰਦੇ ਜਾਕਟਾਂ ਨੀ ਬਦਲਣੀਆਂ ਚਾਹੀਦੀਆਂ ਹੈਗੀਆਂ? ਬਿਲਕੁਲ ਧੁੰਦੇ ਨੇ, ਪਤਾ ਕਿੰਨੀਆਂ ਰੰਗ ਬਿਰੰਗੀਆਂ ਜਾਕਟਾਂ ਹੋਈਆਂ ਹੁਣ ਜਦੋਂ ਕਦਾ ਉਹਦਾ ਨਾਮ ਚੱਲਿਆ, ਜਾ ਕੇ ਦੇਖੋ ਤੁਸੀਂ ਉੱਥੇ ਸਾਡੇ ਘਰੇ ਰਹੇ ਆ ਰਾਤ, ਮੈਂ ਦੇਖਿਆ ਝੋਲੇ ਚ ਕਿੱਡੀਆਂ ਜਾਕਟਾਂ, ਮਤਲਬ ਝੋਲਿਆ ਉਹਨਾਂ ਦੇ ਕੁੜਤੇ ਪਜਾਮੇ ਦੇ ਰੰਗ ਬ੍ਰਾਈਟ ਕਲਰ, ਏਦਾਂ ਜਾਕਟਾਂ ਏਦਾਂ ਬ੍ਰਾਈਟ ਕਲਰ ਦੀਆਂ, ਰੋਇਲ ਬਲੂ, ਗੋਲਡਨ ਕਲਰ, ਸਿਲਵਰ ਕਲਰ ਦੀਆਂ, ਏਦਾਂ ਅਸੀਂ ਕਦੋਂ ਕਹਿੰਦੇ ਹਾਂ ਸੋਹਣੀਆਂ ਲੱਗਦੀਆਂ, ਜਚਦੀਆਂ ਉਹਨਾਂ ਦੇ ਸਰੀਰ, ਸੋਹਣਾ ਲੰਬਾ ਲੰਜਾ ਸਰੀਰ ਆ ਨਾ ਉਹਨਾਂ ਦਾ, ਬਾਇਆ ਸੋਹਣਾ ਲੱਗਦਾ ਉਹਨਾਂ ਦੇ, ਇੰਪ੍ਰੈਸ਼ਨ ਪੈਂਦਾ ਗੱਲ ਕਰਨ ਦਾ ਉਹਨਾਂ ਦਾ, ਪਾਉਣੀ ਚਾਹੀਦੀ ਕੀ ਮਾੜੀ ਗੱਲ ਹੈ ਇਹਦੇ ਵਿੱਚ? ਪਰ ਇਹਨੂੰ ਕੌਮ ਦਾ ਘਮਣਾ ਨਾ ਗਣਾਓ ਤੁਸੀਂ ਇਹਨੂੰ। ਹੁਣ ਜੇ ਗੋਟੇ ਵਾਲੀ ਪੰਥਪ੍ਰੀਤ ਪਾਲਵੇ ਫੇਰ ਉਹ ਤਾਂ ਫਿਰ ਪੂਰਾ ਵਜਾਉਣ ਵਾਲਾ ਹੀ ਲੱਗੂ, ਵਿਆਹ ਤੇ ਬੁੱਕ ਕਰ ਲੈਣਾ ਕਿਸੇ ਨਾ ਕਿਸੇ ਨੇ। ਜਿੰਨੇ ਇਹ ਗੱਲ ਕੀਤੀ ਨਾ ਜੈਕਟ ਵਾਲੀ ਹਨਾ, ਡਰੈਗਲਿੰਗ ਵਾਲੇ ਪੈਸੇ ਵੀ ਉਹੀ ਭੇਜ ਦਊ, ਹੋ ਸਕਦਾ ਏਦਾਂ? ਹੋ ਸਕਦਾ ਜੀ, ਕੋਈ ਸ਼ੱਕ ਨੀ ਇਹਦੇ ਵਿੱਚ, ਜਰੂਰ ਏਦਾਂ ਇੰਨਾ ਕੁ ਤਾਂ ਕਰਦੇ ਹੀ ਹੋਣੇ। ਸਾਡੇ ਇਲਾਕੇ ਚ ਜੀ ਕਛਹਿਰੇ ਨਿਚੋੜ ਨਿਚੋੜ ਪੀਂਦੇ ਰਹੇ ਆ, ਸਾਨੂੰ ਅਸੀਂ ਮਤਲਬ ਨਹਾਉਣ ਤੋਂ ਬਾਅਦ ਨਾ ਕਛਹਿਰਾ ਲਕਾਉਣਾ ਪੈਂਦਾ ਸੀ ਪੰਥਪ੍ਰੀਤ ਦਾ, ਦੋ ਦਿਨ ਮਤਲਬ ਘੱਟੋ ਘੱਟ ਦੋ ਰਾਤ ਦੀਆਂ, ਤਿੰਨ ਦਿਨ ਦੀਵਾਨ ਹੋਣਾ, ਦੋ ਦਿਨ ਰਾਤ ਦਾ, ਇੱਕ ਦਿਨ ਦਾ, ਇਹੀ ਦੀਵਾਨ ਦਿੰਦੇ ਸੀਗੇ। ਹੁਣ ਤਾਂ ਪਤਾ ਨੀ ਪੈਟਰਨ ਚੇਂਜ ਨਾ ਕਰਤਾ ਹੋਵੇ, ਕਰਨਪੁਰ ਚ ਜਿੱਥੇ ਤੁਹਾਡੇ ਹੁੰਦਾ ਉਹ ਹਜੇ ਵੀ ਇੱਦਾਂ ਹੀ ਹੁੰਦਾ ਨਾ, ਦੋ ਦਿਨ ਰਾਤ ਦਾ ਹੁੰਦਾ ਤੇ ਤੀਜੇ ਦਿਨ ਦਾ, ਤੇ ਕਰਕੇ ਚਲੇ ਜਾਂਦੇ ਆ। ਦੋ ਦਿਨ ਰਾਤ ਹੁੰਦੀ, ਇੱਕ ਦਿਨ ਆ ਜਾਂਦੇ ਆ, ਇੱਕ ਰਾਤ ਲਾ ਕੇ ਦੂਜੀ ਰਾਤ ਲਾ ਕੇ ਤੀਜੇ ਦਿਨ ਫਿਰ ਚਲੇ ਜਾਂਦੇ ਆ। ਹੁਣ ਜਦੋਂ ਕਿਸੇ ਦੇ ਘਰੇ ਰਾਤ ਲਾਉਣੀ ਹੈ ਤਾਂ ਹੁਣ ਘਰ ਇੱਦਾਂ ਦੇਖ ਲੈਂਦੇ ਸੀ ਵੀ ਵੱਡਾ ਹੋਣਾ ਚਾਹੀਦਾ, ਭਾਵਾਂ ਮਤਲਬ ਪੰਥਪ੍ਰੀਤ ਦਾ ਫੋਲੋਅਰ ਹੋਵੇ ਨਾ ਹੋਵੇ ਕੋਈ ਗੱਲ ਨੀ, ਪਰ ਘਰ ਵੱਡਾ ਹੋਵੇ ਤਾਂ ਕਿ ਉਹਨੂੰ ਰਹਿਣਾ ਸੌਖਾ ਰਹੇ। ਇੱਕ ਪੰਥਪ੍ਰੀਤ ਜਿੱਥੇ ਰਹਿੰਦਾ ਹੁੰਦਾ ਸੀ ਉੱਥੇ ਲੋਕੀ ਆਮ ਹੀ ਜਿਹੜਾ ਆਉਣਾ ਜਾਣਾ ਲੱਗ ਜਾਂਦਾ ਸੀਗਾ, ਇਸ ਕਰਕੇ ਆਮ ਘਰੇ ਨਹਾਉਣਾ, ਉਹਨੇ ਨਹਾ ਕੇ ਇੱਦਾਂ ਆਪਣਾ ਕਛਹਿਰਾ ਟੰਗ ਦੇਣਾ ਭਰਾਵਾ, ਉੱਥੇ ਜਿਹੜੇ ਬੰਦੇ ਸੁਣਦੇ ਸੀਗੇ ਉਹਨਾਂ ਨੇ ਮੁੜ ਕੇ ਨਿਚੋੜ ਕੇ ਪਾਣੀ ਇਕੱਠਾ ਕਰ ਲੈਣਾ, ਉਹ ਜਦੋਂ ਪਤਾ ਲੱਗਿਆ ਸਾਡੇ ਇਲਾਕੇ ਦੇ ਵਿੱਚ ਇੱਦਾਂ ਕਰਕੇ, ਤਾਂ ਬੜਾ ਇੱਦਾਂ ਆਪਣੇ ਆਪ ਨੂੰ ਵੀ ਬੁਰਾ ਲੱਗਿਆ ਵੀ ਲੋਕੀ ਪੰਥਪ੍ਰੀਤ ਦੁਬਾਰਾ ਸੁਣਦੇ ਕੀ ਆ ਫਿਰ ਉੱਥੇ, ਸ਼ਹਿਰੇ ਨਿਚੋੜ ਕੇ ਪੀਣ ਨੂੰ ਗਿਆਨ ਗਿਣਦੇ ਆ, ਤਾਂ ਜੂਸ ਪੀ ਜਾਂਦੇ ਬੰਦਿਆਂ ਦਾ, ਇੱਥੇ ਖੜਾ ਗਿਆਨ ਇਹਨਾਂ ਬੰਦਿਆਂ ਦਾ, ਅਸੀਂ ਆਪਣੀ ਅੱਖੀ ਦੇਖਿਆ ਉੱਥੇ ਜਾ ਕੇ। ਅਸੀਂ ਇਹ ਨੀ ਕਹਿੰਦੇ ਪੰਥਪ੍ਰੀਤ ਦਾ ਪੰਥਪ੍ਰੀਤ ਨਿਚੋੜ ਕੇ ਪਿਆਉਂਦਾ, ਪਰ ਗੱਲ ਇਹ ਉਹਦੇ ਬੰਦੇ ਆਹ ਸਿੱਖਿਆ ਲੈ ਕੇ ਇੱਥੋਂ ਤੱਕ ਪਹੁੰਚੇ ਆ, ਬਸ ਮਤਲਬ ਬੰਦੇ ਭਗਤ ਇੱਥੋਂ ਤੱਕ, ਜਿਹੜੇ ਤੁਸੀਂ ਗੱਲ ਕਹਿੰਦੇ ਡਰੈਕਲੀਨ ਦੇ ਪੈਸੇ ਭੇਜਦੇ ਹੋਣੇ ਆ, ਉਹ ਤਾਂ ਆਉਂਦੇ ਹੋਣਗੇ ਡਰੈਕਲੀਨ ਦੇ ਪੈਸੇ ਭਾਵਾਂ ਭਾਈ ਸਾਹਿਬ ਲੈ ਲਿਓ, ਪਰ ਜਿਹੜੀ ਕੋਰਟ ਚੋਂ ਮੈਲ ਨਿਕਲੀ ਉਹ ਬੋਤਲ ਚ ਪਾ ਕੇ ਸਾਨੂੰ ਭੇਜੀ ਆ ਤੁਸੀਂ, ਉਹ ਨੀ ਰੱਖ ਸਕਦੇ ਤੁਸੀਂ।
ਦੁੱਧ ਪੀਤਾ ਸੀ ਸਾਨੂੰ ਵੱਡੇ ਵੱਡੇ ਕੰਗਣੀ ਵਾਲੇ ਗਲਾਸ ਲਾਇਕ ਜਿਹੜੇ ਕੂਹਣੀ ਤੋਂ ਲੈ ਕੇ ਉੱਤੇ ਤੱਕ ਹੈਂਡ ਤੱਕ ਨੀ ਹੁੰਦੇ ਦਿੱਲੀ ਦੀ ਮਤਲਬ ਸ਼ਾਇਦ ਕੋਈ ਗੱਲ ਸੁਣਾਉਂਦੇ ਹੁੰਦੇ ਏਦਾਂ ਹਾਂਜੀ ਹਾਂਜੀ ਤੇ ਉਹ ਮੇਰੇ ਖਿਆਲ ਚ ਉਹ ਗੋਲਡੀ ਹੁਣਾਂ ਦੇ ਕੋਲ ਵੀ ਗਏ ਹੋਣੇ ਆ ਬੰਦੇ ਏਦਾਂ ਹੀ ਆ ਜਿਹੜੇ ਬੰਦੇ ਅੰਧ ਭਗਤ ਹੁੰਦੇ ਆ ਉਹ ਏਦਾਂ ਹੀ ਕਰਦੇ ਹੁੰਦੇ ਆ ਉਹ।